ਕਿਸਾਨ ਦੋਸਤੋ ਹੁਣ ਤੱਕ ਤੁਸੀਂ ਡੀਬੀਡਬਲਯੂ 222 ਡੀਬੀਡਬਲਯੂ 187 ਦਾ ਝਾੜ ਦੇਖ ਚੁੱਕੇ ਹੋ ਕਿ ਕਿਹੜੇ ਏਰੀਏ ਦੇ ਵਿੱਚ ਕਿੰਨਾ ਝਾੜ ਰਿਹਾ ਕਿਸਾਨਾਂ ਦੇ ਦੱਸਣ ਅਨੁਸਾਰ ਤੇ ਕਿੰਨੀ ਤਰੀਕ ਨੂੰ ਵਿਜੀ ਹੋਈ ਕਣਕ ਨੇ ਪਿਛਲੇ ਸਾਲ ਵੱਢ ਝਾੜ ਦਿੱਤਾ ਸੀ ਮੱਕੇ 2021 ਅਪ੍ਰੈਲ ਮਈ ਦੇ ਵਿੱਚ ਵੱਢੀ ਹੋਈ ਕਣਕ ਦਾ ਪਰ ਤੁ ਕਿਸਾਨ ਵੀਰਾਂ ਦੀ ਡਿਮਾਂਡ ਸੀਗੀ ਕਿ ਇੱਕ ਡਾਟਾ ਇਸ ਤਰ੍ਹਾਂ ਦਿੱਤਾ ਜਾਵੇ ਕਿ 222 ਲਈਏ ਕਿ 187 ਜਿਸ ਤੋਂ ਪਤਾ ਲੱਗੇ ਆ ਇਹ ਸਭ ਤੋਂ ਵੱਡਾ ਕੁਐਸਚਨ ਹੈ ਕਿ 222 ਲਈ ਹੈ ਕਿ 187 ਦੇਖੋ ਪਹਿਲੀ ਗੱਲ ਤੇ ਹੈਗੀ ਹੈ ਕਿ ਮੈਂ ਇਸ ਵੀਡੀਓ ਚ ਡਾਟਾ ਦੇਣ ਲੱਗਿਆ ਕਿ ਕਿਸਾਨਾਂ ਨੇ ਜੋ ਦਿੱਤਾ ਹੈਗਾ ਜਿਵੇਂ ਕਿ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਨੇ ਜੋ DBW 222 ਦਾ ਡਾਟਾ ਦਿੱਤਾ ਉਹਦੀ ਐਵਰੇਜ ਕੱਢ ਲਈ ਜੋ 187 ਦਾ ਦਿੱਤਾ ਉਹਦੀ ਐਵਰੇਜ ਕੱਢ ਲਈ ਤੇ ਦੋਨਾਂ ਨੂੰ ਬਰਾਬਰ ਰੱਖ ਕੇ ਤੁਹਾਨੂੰ ਦੱਸ ਦਿੱਤਾ ਕਿ ਪਿਛਲੇ ਸਾਲ ਆ ਚਾਰ ਸੀਗਾ ਸਮਝ ਗਏ ਮੇਰੀ ਗੱਲ ਹਾਂ ਇੱਕ ਚੀਜ਼ ਵਿੱਚ ਪੁਆਇੰਟ ਹੈਗਾ ਹੈ ਕਿ DBW 222 ਘੱਟ ਡਿੱਗਦੀ ਹੈ 187 ਜਿਹੜੀ ਹੈਗੀ ਜ਼ਿਆਦਾ ਡਿੱਗਦੀ ਹੈ DBW 222 ਕਣਕ ਜਿਹੜੀ ਹੈਗੀ ਹੈ ਇਸ ਨੂੰ ਜਿਹੜਾ ਤੁਸੀਂ 1 ਤੋਂ 5 ਨਵੰਬਰ ਦੇ ਵਿਚਾਰੇ ਵਿੱਚਾਂ ਤਰਜੀਹ ਦਿੰਨੇ ਹੋ 187 ਭਾਵੇਂ ਕਿ ਗੇਤੀ ਵਿੱਚਾਂ ਤੇ ਝਾੜ ਵਧ ਦਿੰਦੀ ਹੈ ਪਰੰਤੂ ਡਿੱਗਣ ਦਾ ਖਤਰਾ ਪਛੇਤੀ ਹੋਣ ਤੇ ਥੋੜਾ ਡਿੱਗਣ ਦਾ ਖਤਰਾ ਘੱਟ ਰਹਿੰਦਾ ਹੈ ਤੇ ਇਹਦੇ ਤੇ ਜਿਹੜਾ ਹੈਗਾ ਕਦ ਰੁਕ ਨਾਲ ਸਪਰੇਅ ਕਰਨੇ ਪੈਂਦੇ ਆ ਤਾਂ ਆਪਾਂ ਦੇਖਦੇ ਹਾਂ ਕਿਸਾਨਾਂ ਨੇ ਕੀ ਕੀਤਾ ਲੋ ਜੀ ਸਭ ਤੋਂ ਪਹਿਲਾਂ ਐਵਰੇਜ ਦੀ ਗੱਲ ਕਰਾਂਗਾ ਮੈਂ ਕਿ ਜੋ ਕਿਸਾਨਾਂ ਨੇ ਦੱਸਿਆ ਹੈ ਉਹਦੇ ਅਨੁਸਾਰ ਐਵਰੇਜ ਜਿਹੜਾ ਝਾੜ ਹੈਗਾ 222 ਨੀਲੇ ਰੰਗ 'ਚ 222 ਹੈ ਲਾਲ ਜਿਹੇ ਰੰਗ ਦੇ ਵਿੱਚ 187 ਹੈ ਐਵਰੇਜ ਕਿਸਾਨਾਂ ਦੇ ਅਨੁਸਾਰ ਜਿਹੜੀ ਇਹ 222 ਦੀ 58 ਮੰਨ ਰਹੀ ਹੈ ਤੇ 187 ਦੀ ਜਿਹੜੀ ਐਵਰੇਜ ਹੈਗੀ ਹੈ 56 ਮਣ ਪ੍ਰਤੀ ਕਿਲਾਰੀ ਹੈ ਸਮਝ ਗਏ ਹੋਗੇ ਇਹ ਪੰਜਾਬ ਹਰਿਆਣਾ ਰਾਜਸਥਾਨ ਦੇ ਜਿਹੜੇ ਮੇਰੇ ਕਿਸਾਨ ਨੇ ਉਹਨਾਂ ਦੀ ਐਵਰੇਜ ਹੈ ਉੱਤਰਾਖੰਡ ਦੇ ਕਿਸਾਨ ਵੀ ਵਿੱਚ ਕੁਝ ਸ਼ਾਮਲ ਹੈ ਤਾਂ ਅੰਮ੍ਰਾਲਾ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅੰਮ੍ਰਾਲਾ ਦੇ ਵਿੱਚ 222 ਦੀ ਐਵਰੇਜ ਆਉਂਦੀ ਹੈ 58 ਮਣ ਤੇ 187 ਦੀ ਐਵਰੇਜ ਹੈ 61 ਮਣ ਮਤਲਬ ਕਿ ਜੋ ਮੇਰੇ ਕਿਸਾਨਾਂ ਨੇ ਮੈਨੂੰ ਦੱਸਿਆ ਮੈਂ ਉਹ ਡਾਟਾ ਦੀ ਗੱਲ ਕਰਦਾ ਮੈਂ ਕਿਸੇ ਹੋਰ ਸੱਤ ਸੈਂਟਰ ਦਾ ਡਾਟਾ ਨਹੀਂ ਹੈ ਮੇਰੇ ਕਿਸਾਨਾਂ ਨੇ ਜੋ ਮੈਨੂੰ ਡਾਟਾ ਦੱਸਿਆ ਉਹਦੇ ਅਨੁਸਾਰ ਅੰਬਾਲਾ ਦੇ ਵਿੱਚ ਕਿਸਾਨਾਂ ਨੇ 187 ਤੋਂ ਇਹ 222 ਦੇ ਨਾਲੋਂ ਵੱਧ ਚੜ੍ਹ ਲਿਆ ਸ਼੍ਰੀ ਅਮਸਤ ਸਾਹਿਬ ਦੇ ਵਿੱਚ 222 ਦਾ ਐਵਰੇਜ ਚੜ੍ਹ 55 ਮਨ ਤੇ 187 ਦਾ ਐਵਰੇਜ ਚੜ੍ਹ 57 ਮਨ ਕਿ 2 ਮਨ ਜ਼ਿਆਦਾ ਰਿਹਾ ਬਰਨਾਲਾ ਦੇ ਵਿੱਚ ਉਲਟਾ ਬਰਨਾਲਾ ਦੇ ਵਿੱਚ ਕਿਸਾਨਾਂ ਨੇ 122 ਜਿਹੜੀ ਹੈਗੀ 62 ਮਣ ਤੇ 187 ਦਾ 59 ਮਣ ਐਵਰੇਜ ਆ ਮਕੇ 223 ਮਣ ਜਿਹੜੀ ਹੈਗੀ ਪ੍ਰਤੀ ਕਿੱਲਾ ਵਧ ਗਈ ਹੈ ਬਠਿੰਡਾ ਦੇ ਵਿੱਚ ਕਾਫੀ ਯਾਰਾ ਫਰਕ ਹੈ ਕਿ ਜੋ ਕਿਸਾਨਾਂ ਦੇ ਦੱਸਣ ਅਨੁਸਾਰ ਕਿ 70 ਮਣ ਐਵਰੇਜ ਪਈ ਹੈ 222 ਦੀ ਤੇ 187 ਦੀ 59 ਮਣ ਫਤਿਹਗੜ ਸਾਹਿਬ ਦੇ ਕਿਸਾਨਾਂ ਨੇ ਜੋ ਦੱਸਿਆ ਉਹਨਾਂ ਦੇ ਅਨੁਸਾਰ ਕੇ ਦੋਵਾਂ ਦਾ ਚਾੜ ਬਰਾਬਰ ਹੈ 222 ਵੀ 68 ਮਨ ਨਿਕਲੀ 187 ਵੀ 68 ਮਨ ਨਿਕਲੀ ਠੀਕ ਹੈ ਜੀ ਫਾਜ਼ਿਲਕਾ ਦੇ ਵਿੱਚ 222 ਦਾ ਝਾੜ 1 ਮਨ ਵੱਧ ਹੈ 63 ਮਨ ਤੇ 187 ਦਾ 62 ਮਨ ਗੁਰਦਾਸਪੁਰ ਦੇ ਵਿੱਚ ਦੋਵੇਂ ਬਰਾਬਰ ਹੈ 58 ਮਾਣੀ 222 ਦੀ ਐਵਰੇਜ ਹੈ ਤੇ 187 ਦੀ ਵੀ 58 ਮਨ ਹੈ ਹੁਸ਼ਿਆਰਪੁਰ ਦੇ ਵਿੱਚ 222 ਇੱਕ ਮਨ ਅੱਗੇ ਹੈ 53 ਮਨ ਤੇ 187 ਹੈ 52 ਮਨ ਜਗਰਾਉਂ ਏਰੀਆ ਦੇ ਵਿੱਚ ਏ 187 ਇੱਕ ਮਣ ਅਗੇ ਨਿਕਲ ਗਈ ਹੈ 222 53 ਮਣ ਤੇ 187 54 ਮਣ ਜਲਾਲਾਬਾਦ ਸਪੈਲਿੰਗ ਗਲਤ ਲਿਖੇ ਗਏ ਜਲਾਲਾਬਾਦ ਦੇ ਵਿੱਚ 222 ਦਾ ਝਾੜ 2 ਮਣ ਵੱਧ ਹੈ 187 ਦੇ ਨਾਲੋਂ 187 53 ਮਣ ਤੇ 222 55 ਮਣ ਲਈ ਕੈਥਲ ਹਰਿਆਣਾ ਕੈਥਲ ਦੇ ਵਿੱਚ 222 ਦਾ ਝਾੜ 62 ਮਣ ਤੇ 187 ਦਾ 52 ਮਣ ਕਿਸਾਨਾਂ ਦੇ ਦੱਸਣ ਅਨੁਸਾਰ ਇਹ ਐਵਰੇਜ ਹੈ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਐਵਰੇਜ ਦੇ ਵਿੱਚ 222 10 ਮਣ ਜਿਹੜੀ ਹੈਗੀ ਹੈ ਵੱਧ ਗਈ ਹੈ ਇਸ ਤੋਂ ਬਿਨਾ ਜਿਹੜੇ ਹੋਰ ਕੁਝ ਏਰੀਆ ਤੋਂ ਕਿਸਾਨਾਂ ਨੇ ਰਿਜ਼ਲਟ ਦੱਸੇ ਹੈ ਉਹ ਆਪਾਂ ਦੇਖ ਲਈਏ ਹਾਂਜੀ ਇਹ ਮੋਗਾ ਮੋਗਾ ਦੇ ਵਿੱਚ 222 ਅੱਗੇ ਹੈ 5 ਮਣ ਮੈਂ ਕਿ 60 ਮਣ ਐਵਰੇਜ ਹੈ ਤੇ 187 ਦੀ 55 ਮਣ ਸ਼੍ਰੀ ਮੁਕਸਸ ਸਾਹਿਬ 187 61 ਮਣ ਤੇ 222 60 ਮਣ ਪਟਿਆਲਾ 222 ਅੱਗੇ ਚੱਲ ਰਹੀ ਹੈ 61 ਮਣ ਤੇ 187 ਅੱਠ ਮਣ ਘਟ ਹੈ 53 ਮਣ ਐਵਰੇਜ ਹੈ ਸੰਗਰੂਰ ਦੇ ਵਿੱਚ ਲਗਭਗ ਬਰਾਬਰ ਜੀ ਹੈ ਕਿ 187 66 ਮਣ ਤੇ 222 ਜਿਹੜੀ ਹੈਗੀ 65 ਮਣ ਸਰਦੂਲਗੜ ਜਿਸ ਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ 사ਦੂਰ ਸ਼ਹਿਰ ਦੇ ਨਾਲ ਕਨਫਿਊਜ਼ ਕਰ ਗਿਆ ਸੀ ਤਾਂ 사ਦੂਰ ਸਰਦੂਲਗੜ ਦੇ ਵਿੱਚ ਇਹ 222 ਦਾ ਐਵਰੇਜ ਕਿਸਾਨ ਨੇ ਦੱਸਣ ਸਾ 64 64 ਮਣ ਹੈ ਜਦੋਂ ਕਿ 187 ਦਾ ਐਵਰੇਜ ਉਹਨਾਂ ਦੱਸਣ ਦੇ ਅਨੁਸਾਰ 55 ਮਣ ਹੈ। ਇਸ ਦੇ ਹਿਸਾਬ ਦੇ ਨਾਲ ਸਿਰਸਾ ਸਿਰਸਾ ਦੇ ਵਿੱਚ 222 48 ਮਣ ਤੇ 187 51 ਮਣ ਹੈ। ਤਰਨਤਾਰਨ 222 ਤੇ 187 ਦੇ ਝਾੜ ਬਰਾਬਰ ਦੱਸੇ ਗਏ ਕਿਸਾਨਾਂ ਵੀਰਾਂ ਦੁਆਰਾ 53 53 ਮਣ ਫਿਰੋਜ਼ਪੁਰ 222 61 ਮਣ ਅੱਗੇ ਹੈ ਤੇ 187 ਦਾ 55 ਮਣ ਕਿ ਫਰੋਇਦਪੁਰ 'ਚ ਆਪਾਂ ਕਹਿ ਸਕਦੇ ਹਾਂ ਕਿ 122 ਦੀ ਐਵਰੇਜ 187 ਨਾਲੋਂ ਵੱਧ ਹੈ ਕਰਨਾਲ ਦੇ ਵਿੱਚ 222 ਦੀ ਐਵਰੇਜ 55 ਮਣ ਹੈ ਜਿਹੜਾ ਕਿ 187 ਦੀ 58 ਮਣ ਦੱਸੀ ਗਈ ਹੈ ਕਿਸਾਨਾਂ ਦੁਆਰਾ ਇਸੇ ਤਰੀਕੇ ਨਾਲ ਕੁਰੂ ਖੇਤਰ ਦੇ ਵਿੱਚ ਕਿਸਾਨਾਂ ਦੇ ਦੱਸੇ ਅਨੁਸਾਰ 187 ਦੀ ਐਵਰੇਜ 54 ਮਣ ਤੇ 222 ਦੀ 55 ਮਣ ਮਤਲਬ ਕਿ 222 ਦੇ ਨਾਲੋਂ 2 ਮਣ ਜ਼ਿਆਦਾ ਐਵਰੇਜ ਵੱਧ ਹੈ 187 ਦੀ ਕਿਸਾਨਾਂ ਦੇ ਦੱਸ ਅਨੁਸਾਰ ਪੰਜਾਬ ਦੇ ਲੁਧਿਆਣਾ ਵਿੱਚ ਜਿਹੜਾ 222 ਹੈ ਇਹਦੀ ਝਾੜ 51 ਮਣ ਤੇ 187 ਦੀ 54 ਮੈਂ ਕਿ ਤਿੰਨ ਮਣ ਜ਼ਿਆਦਾ ਦੱਸਿਆ ਗਿਆ ਤਾਂ ਇਹ ਸੀ ਜੀ ਜੋ ਕਿਸਾਨ ਵੀਰਾਂ ਨੇ ਮੈਨੂੰ ਡਾਟਾ ਦਿੱਤਾ ਹੈਗਾ ਤੇ ਐਵਰੇਜ ਇਹਦੇ ਮੈਂ ਫੇਰ ਗੱਲ ਕਰ ਲਵਾਂ ਕਿ ਐਵਰੇਜ ਦੇ ਵਿੱਚ 222 187 ਦੇ ਨਾਲੋਂ 2 ਮਣ ਜਿਹੜਾ ਹੈਗਾ ਵਾਧਾ ਹੈ ਕਿਸਾਨਾਂ ਦੇ ਦੱਸਣ ਦੇ ਅਨੁਸਾਰ ਪਿਛਲੇ ਸਾਲ ਜੋ ਝੜ ਰਿਹਾ ਮੈਂ ਫੇਰ ਇਹ ਕਲੀਅਰ ਕਰ ਦੇਣਾ ਚਾਹਣਾ ਹੈ ਕਿ ਇਹ ਡਾਟਾ ਕਿਸੇ ਰਿਸਰਚ ਸੈਂਟਰ ਦਾ ਡਾਟਾ ਨਹੀਂ ਹੈ ਇਹ ਡਾਟਾ ਕਿਸਾਨ ਵੀਰਾਂ ਦਾ ਡਾਟਾ ਹੈ ਕਿਸਾਨ ਵੀਰਾਂ ਨੇ ਆਪਣੇ ਖੇਤ ਦੇ ਵਿੱਚ ਫਸਲ ਲਾਈ ਫਸਲ ਆਉਣ ਤੋਂ ਬਾਅਦ ਚ ਜਦੋਂ ਉਹ ਇਹ ਅਪ੍ਰੈਲ ਮਈ 2021 ਦੇ ਵਿੱਚ ਕੱਟੀ ਤਾਂ ਉਹਨਾਂ ਨੇ ਜੋ ਡਾਟਾ ਦਿੱਤਾ ਉਸ ਨੂੰ ਟੈਬੂਲੇਟ ਕਰਕੇ ਟੈਬੂਲੇਸ਼ਨ ਕਰਕੇ ਮੇਰੇ ਵੱਲੋਂ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ ਤਾਂ ਉਮੀਦ ਕਰਦਾ ਹਾਂ ਕਿ ਇਹ ਡਾਟਾ ਤੁਹਾਡੇ ਲਈ ਸਹਾਇੀ ਹੋਏਗਾ ਧੰਨਵਾਦ ਦੋਸਤੋ